हार्दिक पांड्या से नताशा नहीं लेंगे तलाक सोशल मीडिया उ फैलाई जा रही ने झूठिया अफवाह ਸਸ਼ਕਲ ਮੈਂ ਸੋਨੀਆ ਗੱਲ ਕਰਾਂਗੀ ਅੱਜ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਉਹਨਾਂ ਦੀ ਵਾਈਫ ਨਤਾਸ਼ਾ ਦੇ ਬਾਰੇ ਜਿਨ੍ਹਾਂ ਦੇ ਬਾਰੇ ਸੋਸ਼ਲ ਮੀਡੀਆ ਦਾ ਬਾਜ਼ਾਰ ਕਾਫੀ ਜ਼ਿਆਦਾ ਗਰਮ ਹੈ ਤੇ ਅੱਜਾ ਕਿਹਾ ਜਾ ਰਿਹਾ ਹੈ ਕਿ ਇਹ ਕਪਲ ਜੋ ਆ ਹੁਣ ਇੱਕ ਦੂਸਰੇ ਤੋਂ ਡਾਈਵੋਰਸ ਲੈਣ ਜਾ ਰਿਹਾ ਦੱਸਦੇ ਕਿ ਇਸ ਤੋਂ ਬਾਅਦ ਨਤਾਸ਼ਾ ਦੇ ਸੋਸ਼ਲ ਮੀਡੀਆ ਪੋਸਟ ਵੀ ਕੁਝ ਅਜੀ ਹੈ ਸਾਈਨ ਦੇ ਰਹੇ ਸੀ ਜਿਸ ਤੋਂ ਬਾਅਦ ਫੈਨਸ ਨੂੰ ਅਜੀ ਹੈ ਲੱਗ ਰਿਹਾ ਸੀ ਕਿ ਸ਼ਾਇਦ ਇਹ ਦੋਵੇਂ ਇੱਕ ਦੂਸਰੇ ਤੋਂ ਵੱਖ ਹੋ ਸਕਦੇ ਨੇ ਪਰ ਦੱਸਦੀ ਹੈ ਕਿ ਇਸ ਤੋਂ ਬਾਅਦ ਨਤਾਸ਼ਾ ਜੋ ਸੀਗੀ ਆਪਣੇ ਕਿਸੇ ক্লোਜ਼ ਫਰੈਂਡ ਦੇ ਨਾਲ ਵੀ ਮੁੰਮੇ ਦੇ ਵਿੱਚ ਸਪੋਟ ਹੋਈ ਸੀ ਜਿਸ ਤੋਂ ਬਾਅਦ ਇਹ ਰੂਮਰਸ ਜੋ ਸੀਗੇ ਹੋਰ ਵੀ ਜ਼ਿਆਦਾ ਪੱਕੇ ਹੋ ਗਏ ਸੀ ਪਰ ਇਸੇ ਵਿਚਾਲੇ ਹੁਣ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਇਹ ਅਫਵਾਹਾਂ ਜੋ ਨੇ ਝੂਠੀਆਂ ਫੈਲਾਈਆਂ ਜਾ ਰਹੀਆਂ ਨੇ ਤੇ ਇਹਨਾਂ ਦੋਵਾਂ ਦੇ ਵਿਚਾਲੇ ਸਭ ਕੁਝ ਸਹੀ ਚੱਲ ਰਿਹਾ ਹੈ ਦੱਸਦੀ ਹੈ ਕਿ ਅਜਿਹਾ ਕਿਹਾ ਜਾ ਰਿਹਾ ਹੈ ਕਿ ਹਾਰਦਿਕ ਪਾਣੀ ਦੀ ਪੀਆਰ ਰਣਨੀਤੀ ਦਾ ਹਿੱਸਾ ਹੈ ਜਿਸ ਰਾਹੀਂ ਉਹ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦਰਸਲ ਰੀਐਡਿਟ ਤੇ ਇੱਕ ਲੰਬੀ ਪੋਸਟ ਇੱਕ ਯੂਜ਼ਰ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਜਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਹਾਰਦਿਕ ਪਾਂਡਿਆ ਤੇ ਨਤਾਸ਼ਾ ਦਾ ਤਲਾਕ ਨਹੀਂ ਹੋ ਰਿਹਾ ਪੋਸਟ ਵਿੱਚ ਲਿਖਿਆ ਗਿਆ ਕਿ ਮੈਂ ਨਜ਼ਦੀਕੀ ਸੂਤਰਾ ਤੋਂ ਸੁਣਿਆ ਕਿ ਹਾਰਦਿਕ ਅਤੇ ਨਤਾਸ਼ਾ ਓਪਨ ਅਰੇਂਜ ਮੈਰਿਜ ਦੇ ਵਿੱਚ ਨੇ ਉਹ ਦੋਵੇਂ ਇੱਕ ਕਾਮਨ ਫਰੈਂਡ ਦੇ ਜ਼ਰੀਏ ਮਿਲੇ ਸੀ ਅਤੇ ਇੰਗਲੈਂਡ ਦੇ ਵਿੱਚ ਭਾਰਤ ਦੇ ਵਰਲਡ ਕੱਪ ਤੋਂ ਬਾਅਦ ਅਗਸਤ 2019 ਨਵੰਬਰ ਦਰਮਿਆਨ ਇਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਅਗੇ ਯੂਜ਼ਰ ਨੇ ਲਿਖਿਆ ਕਿ ਰਿਲੇਸ਼ਨਸ਼ਿਪ ਦੌਰਾਨ ਹੀ ਨਤਾਸ਼ਾ ਜੋਸੀ ਪ੍ਰੈਗਨੈਂਟ ਹੋ ਗਈ ਸੀ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਅੱਗੇ ਵਧਣ ਦਾ ਫੈਸਲਾ ਲਿਆ ਗਿਆ ਸੀ ਤੇ ਬਾਅਦ ਵਿੱਚ ਇਹਨਾਂ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਸੀ ਦੱਸਦੀ ਹੈ ਕਿ ਇਹਨਾਂ ਦੇ ਵੱਲੋਂ 2020 ਦੇ ਵਿੱਚ ਅਚਾਨਕ ਹੀ ਐਂਗੇਜਮੈਂਟ ਕਰਵਾ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਕੋਵਿਡ ਦੇ ਕਾਰਨ ਇਹ ਵਿਆਹ ਇਹਨਾਂ ਦੇ ਵੱਲੋਂ ਕਰਵਾਇਆ ਗਿਆ ਸੀ ਹਾਲਾਂਕਿ ਵਿਆਹ ਦਾ ਫੰਕਸ਼ਨ ਜੋ ਸੀਗਾ ਇਹਨਾਂ ਜ਼ਿਆਦਾ ਵੱਡਾ ਨਹੀਂ ਸੀਗਾ ਵਿਆਦ ਵਿੱਚ ਕੁਝ ਘਰੇ ਵੀ ਜੋ ਸੀਗੇ ਘਰ ਦੇ ਪਰਿਵਾਰਿਕ ਮੈਂਬਰ ਹੀ ਪਹੁੰਚੇ ਸੀਗੇ ਪਰ ਹੁਣ ਇਸ ਯੂਜ਼ਰ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਹਾਰਦਿਕ ਪਾਂਡਿਆ ਤੇ ਉਹਨਾਂ ਦੀ ਵਾਈਫ ਨਤਾਸ਼ਾ ਜੋਆ ਓਪਨ ਮੈਰਿਜ ਦੇ ਵਿੱਚ ਰਹਿ ਰਹੇ ਨੇ ਓਪਨ ਮੈਰਿਜ ਉਹ ਹੁੰਦੀ ਹੈ ਜਿਸ ਦੇ ਵਿੱਚ ਹਸਬੰਡ ਵਾਈਫ ਰਹਿ ਤਾਂ ਹੁੰਦੇ ਆ ਪਰ ਉਹ ਕਿਸੇ ਹੋਰ ਪਰਸਨ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਜਾ ਸਕਦੇ ਆ ਉਹ ਚਾਹੇ ਉਹਨਾਂ ਦਾ ਇੰਟੀਮੇਟ ਰਿਲੇਸ਼ਨਸ਼ਿਪ ਹੋਵੇ ਜਾਂ ਕਿਸੇ ਵੀ ਤਰੀਕੇ ਦਾ ਹੋਵੇ ਸੋ ਇਸ ਯੂਜ਼ਰ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਹਾਰਦਿਕ ਪਾਂਡਿਆ ਤੇ ਨਤਾਸ਼ਾ ਜੋਆ ਓਪਨ ਰਿਲੇਸ਼ਨਸ਼ਿਪ ਦੇ ਵਿੱਚ ਆ ਰਹੀ ਨੇ ਤੇ ਉਸ ਤੋਂ ਬਾਅਦ ਯੂਜ਼ਰ ਨੇ ਲਿਖਿਆ ਕਿ ਤਲਾਕ ਦੀ ਇਹ ਹੀ ਅਚਾਨਕ ਅਫਵਾਹ ਵੀ ਆਪਸੀ ਸਹਿਮਤੀ ਦੇ ਨਾਲ ਫੈਲਾਈ ਗਈ ਹੈ ਤਲਾਕ ਨਹੀਂ ਹੋ ਰਿਹਾ ਪਰ ਇਹ ਅਫਵਾਹ ਜੋ ਆ ਹਾਰਦਿਕ ਪਾਂਡਿਆ ਦੀ ਪੀਆਰ ਦੇ ਵੱਲੋਂ ਹੀ ਫੈਲਾਈ ਗਈ ਹੈ ਤਾਂ ਜੋ ਪੂਰੇ ਆਈਪੀਐਲ ਦੇ ਅਸਫਲਤਾ ਅਤੇ ਫਲॉप ਸ਼ੋਅ ਤੋਂ ਬਾਅਦ ਹਾਰਦਿਕ ਪਾਂਡਿਆ ਨੂੰ ਲੋਕਾਂ ਦੇ ਵੱਲੋਂ ਉਹਨਾਂ ਦੇ ਫੈਨਸ ਦੇ ਵੱਲੋਂ ਜੋ ਆ ਸympathy ਮਿਲ ਸਕੇ ਤੁਸੀਂ ਉਮੀਦ ਕਰ ਸਕਦੇ ਹੋ ਕਿ ਦੋਵੇਂ ਜਲਦੀ ਹੀ ਇੱਕ ਸਾਂਝਾ ਬਿਆਨ ਜਾਰੀ ਕਰਨਗੇ ਅਤੇ ਇਸ ਅਫਵਾਹ ਨੂੰ ਪੂਰੀ ਤਰ੍ਹਾਂ ਰੱਦ ਕਰ ਦੰਗੇ ਤੇ ਕਹਿਣਗੇ ਕਿ ਅਜਿਹਾ ਕੁਝ ਵੀ ਨਹੀਂ ਚੱਲ ਰਿਹਾ ਉੱਥੇ ਦੱਸਿਆ ਇੱਕ ਹੋਰ ਯੂਜ਼ਰ ਦੇ ਵੱਲੋਂ ਇੱਕ ਕਮੈਂਟ ਕੀਤਾ ਗਿਆ ਜਿਸ ਦੇ ਵੱਲੋਂ ਕਿਹਾ ਗਿਆ ਕੀ ਅਜਿਹਾ ਕੁਝ ਵੀ ਨਹੀਂ ਹੈ ਇਹਨਾਂ ਦੇ ਵੱਲੋਂ ਬਹੁਤ ਜਲਦ ਆਪਣੇ ਵਿੱਚ ਜੋ ਵੀ ਅਣਬੰਦ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਹੈ ਇਸ ਦੇ ਬਾਰੇ ਡਿਸਕਲੋਜ਼ ਕਰ ਦਿੱਤਾ ਜਾਵੇਗਾ ਦੱਸਦੀ ਹੈ ਕਿ ਜਦੋਂ ਹਾਰਦਿਕ ਪਾਡਿਆ ਅਤੇ ਨਤਾਸ਼ਾ ਦੇ ਅਲੱਗ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਤਾਂ ਉਸ ਤੋਂ ਬਾਅਦ ਹਾਰਦਿਕ ਪਾਡਿਆ ਦੀ ਇੱਕ ਵੀਡੀਓ ਯਾਨੀ ਕਿ ਇੱਕ ਪੁਰਾਣਾ ਇੰਟਰਵਿਊ ਵੀ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਹਾਰਦਿਕ ਪਾਡਿਆ ਦਾ ਕਹਿਣਾ ਸੀ ਕਿ ਉਸ ਦੇ ਵੱਲੋਂ ਜੋ ਆ ਆਪਣੀ ਪ੍ਰਾਪਰਟੀ ਦਾ ਸ਼ਾਇਦ 70% ਹਿੱਸਾ ਜੋ ਆਪਣੀ ਮੰਮੀ ਦੇ ਨਾਮ ਕੀਤਾ ਗਿਆ ਤੇ ਨਾਲ ਦੀ ਨਾਲ ਨਤਾਸ਼ਾ ਦੀ ਇਮੇਜ ਨੂੰ ਕਈ ਯੂਜ਼ਰਸ ਦੇ ਵੱਲੋਂ ਜੋ ਆ ਕਾਫੀ ਜ਼ਿਆਦਾ ਡੀਗ੍ਰੇਡ ਵੀ ਕੀਤਾ ਗਿਆ ਸੀ ਤੇ ਨਤਾਸ਼ਾ ਨੂੰ 골ਡ ਡਿਗਰ ਵੀ ਕਿਹਾ ਗਿਆ ਸੀ ਤੁਹਾਡਾ ਇਹਨਾਂ ਦੇ ਵਿਆਹ ਇਹਨਾਂ ਦੇ ਰਿਲੇਸ਼ਨਸ਼ਿਪ ਦੇ ਉੱਤੇ ਕੀ ਵਿਚਾਰ ਹੈ ਸਾਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸੋ